It's the stupid fear of the unknown. Yeah, Ghostbusters. Okay. ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਸਲਾਮ ਵਾਲੇਕੁਮ, ਨਮਸਤੇ, ਨਮਸਕਾਰ, ਨਮੋ ਬੁਧਾਏ। ਸੋ ਅੱਜ ਜਿਹੜੀ ਵੀਡੀਓ ਬਹੁਤ ਘੈਂਟ ਹੋਣ ਵਾਲੀ ਹੈ ਮੇਰੇ ਭਰਾਵੋ, ਕਿਉਂਕਿ ਤੁਹਾਨੂੰ ਯਾਦ ਹੋਣਾ ਕਿ ਆਪਾਂ ਅੱਜ ਤੋਂ 8-9 ਮਹੀਨੇ ਪਹਿਲਾਂ ਇੱਕ ਟੀਜ਼ਰ ਆਇਆ ਸੀ ਉਮਰੋ ਆਯਾਰ, ਠੀਕ ਹੈ। ਇਸ ਟੀਜ਼ਰ 'ਤੇ ਆਪਾਂ ਰਿਐਕਸ਼ਨ ਕੀਤਾ ਸੀਗਾ ਅਤੇ ਬਹੁਤ ਹੀ ਘੈਂਟ ਟੀਜ਼ਰ ਸੀ। ਕਹਿੰਦੇ ਵੀ ਇਹਦਾ ਟ੍ਰੇਲਰ ਆ ਗਿਆ ਅਤੇ ਮੈਂ ਕਿਹਾ ਟ੍ਰੇਲਰ ਤੁਹਾਡੇ ਨਾਲ ਦੇਖਣਾ, ਬਈ ਇਹ ਤਾਂ ਲਾਜ਼ਮੀ ਹੈ। ਅਤੇ ਜਿਹੜਾ ਇਹ ਟੀਜ਼ਰ ਸੀਗਾ ਇਹਦੇ ਥੱਲੇ ਤੁਸੀਂ ਕਮੈਂਟ ਕੀਤੇ ਸੀ ਕਿ ਦਿਸ ਇਜ਼ ਗੋਇੰਗ ਟੂ ਬੀ ਦਾ ਸੈਕਿੰਡ ਬਿਗੈਸਟ ਪਾਕਿਸਤਾਨੀ ਫਿਲਮ, ਪਹਿਲੀ ਦ ਲੀਜੈਂਡ ਆਫ ਮੌਲਾ ਜੱਟ, ਠੀਕ ਹੈ। VFX ਕਹਿੰਦੇ ਡਨ ਬਹੁਤ ਸੀਗੇ, ਬਹੁਤ ਵਧੀਆ ਹੋਏ ਸੀਗੇ। VR ਚਿੱਲੀ ਪ੍ਰੋਡਕਸ਼ਨ, ਇਹਨਾਂ ਨੇ ਹੀ ਆਪਣੀ ਉਹਦੇ 'ਤੇ ਰਿਪਲਾਈ ਕੀਤਾ ਸੀਗਾ ਐਂਡ ਉਹਨਾਂ ਨੇ ਕਮੈਂਟ, ਥੈਂਕ ਯੂ ਫੋਰ ਵੈਲਿਊਏਬਲ ਫੀਡਬੈਕ ਭਾਜੀ, ਐਪਰੀਸ਼ੀਏਟਡ। VFX ਡਨ ਬਾਏ ਅਵਰ ਸੈਲ VRC ਸਟੂਡੀਓ ਇਜ਼ ਅ ਪ੍ਰੋਡਕਸ਼ਨ ਔਨ ਵਿਸ਼ਾਲ ਇਫੈਕਟ ਵਿਜ਼ੂਅਲ ਇਫੈਕਟਸ ਸਟੂਡੀਓ ਬੇਸਡ ਇਨ ਪਾਕਿਸਤਾਨ। ਵਿਸ਼ਾਲ ਇਫੈਕਟ ਪਾਕਿਸਤਾਨ ਦੇ ਵਿੱਚ ਵੈਸੇ ਵੀ ਵਿਸ਼ਾਲ ਨਾਮ ਨਹੀਂ ਹੁੰਦਾ, ਠੀਕ ਹੈ। ਸੋ ਇਹਨਾਂ ਨੇ ਆਪਣੇ 'ਤੇ ਕਮੈਂਟ ਕੀਤਾ ਸੀ ਅਤੇ ਹੁਣ ਇਹਨਾਂ ਦੇ ਵੱਲੋਂ ਹੀ ਜਿਹੜਾ VR ਚਿੱਲੀ ਪ੍ਰੋਡਕਸ਼ਨ ਵੱਲੋਂ ਇਹਨਾਂ ਨੇ ਟ੍ਰੇਲਰ ਲਾਂਚ ਕਰਤਾ ਅਤੇ ਇਹ ਟ੍ਰੇਲਰ ਅੱਜ ਆਪਾਂ ਤੁਹਾਡੇ ਨਾਲ ਦੇਖਣਾ। ਜਿੱਥੇ ਤੱਕ ਮੈਨੂੰ ਯਾਦ ਆ ਕਿ ਇਹਦੇ ਵਿੱਚ ਮੈਂ VFX ਦੇਖੇ ਸੀ, ਬਹੁਤ ਹੀ ਜ਼ਬਰਦਸਤ VFX ਸੀਗੇ ਐਂਡ ਲਿਟਰਲੀ ਮੈਂ ਉਹ VFX ਦੇਖ ਕੇ ਆਪਣੇ ਬਾਲੀਵੁੱਡ ਨੂੰ ਲਾਂਘ ਤਾਂ ਪਾ ਰਿਹਾ ਸੀਗਾ ਕਿ ਕਿਉਂਕਿ ਉਸੇ ਟਾਈਮ 'ਤੇ ਹੀ ਇਹਨਾਂ ਨੇ ਉਹ ਫਿਲਮ ਬਣਾਈ ਸੀ, ਇੱਕ ਕਿਹੜੀ ਆਈ ਸੀ ਰਮਾਇਣ ਯਾਰ, ਉਹ ਕਿਹੜੀ ਸੀਗੀ ਜਿਹਦੇ 'ਚ ਰਾਮ ਸੀਤਾ ਲਈ ਬਣਾਈ ਸੀ ਕਾਰਟੂ 3D ਰਮਾਇਣ ਨਹੀਂ ਸੀ, ਕੀ ਨਾਮ ਸੀਗਾ ਜਿਹ 'ਚ ਸੈਫ ਅਲੀ ਖਾਨ ਸਾਹਿਬ ਨੂੰ ਬਣਾਇਆ ਸੀਗਾ ਇਹਨਾਂ ਨੇ ਰਾਵਣ, ਮੈਂ ਨਾਮ ਭੁੱਲ ਗਿਆ ਦਿਮਾਗ 'ਚੋਂ ਨਿਕਲ ਗਿਆ। ਅਤੇ ਉਹ ਮਤਲਬ ਉਹਨਾਂ ਨੇ ਦੇਖੋ 500 ਕਰੋੜ ਉਹਦਾ ਬਜਟ ਸੀਗਾ, ਫਿਰ ਵੀ ਮਤਲਬ ਫਿੱਟੇ ਮੂੰਹ ਕੀਤੇ ਸੀ ਉਸ ਫਿਲਮ ਦੇ, ਠੀਕ ਹੈ। ਲੇਕਿਨ ਇਸ ਫਿਲਮ ਦਾ ਜਿਹੜਾ ਬਜਟ ਹੈ ਉਹ ਬਹੁਤ ਘੱਟ ਆ ਉਹਦੇ ਨਾਲੋਂ ਉਸ ਮੁਕਾਬਲੇ, ਅਤੇ ਲੇਕਿਨ ਇਹਨਾਂ ਦੇ VFX ਟੂ ਦਾ ਪੁਆਇੰਟ। ਸੋ ਇੱਕ ਬੰਦੇ ਨੇ ਉੱਥੇ ਕਮੈਂਟ ਵੀ ਕੀਤਾ ਸੀ, ਮੈਂ ਥੰਬਨੇਲ ਬਣਾਇਆ ਸੀ ਕਿ ਬਾਲੀਵੁੱਡ ਸੇ ਵੀ ਆ ਗਏ, ਅਤੇ ਇਹ ਬੱਚੇ ਨੇ ਕਮੈਂਟ ਕੀਤਾ, ਇੱਕ ਹਰਸ਼ ਬੱਚੇ ਨੇ ਕਹਿੰਦਾ ਬ੍ਰੋ ਬਾਲੀਵੁੱਡ ਐਵਰੇਜ ਫਿਲਮ ਬਜਟ ਇਜ਼ 350 ਕਰੋੜ PKR। ਮੇਰੇ ਭਰਾ, ਉਹ ਮੇਰੇ ਭਰਾ, ਮੇਰੇ ਯਾਰ, ਉਹ ਯਾਰ ਗੱਲ ਇੱਦਾਂ ਹੁੰਦੀ ਹੈ ਮੇਰੇ ਵੀਰ ਕਿ ਬਜਟ ਜਿੰਨਾ ਮਰਜ਼ੀ ਹੋਵੇ ਪਰ ਉਹਨੂੰ ਤੁਸੀਂ ਲਾਉਣਾ ਕਿੱਦਾਂ ਨਾ ਉਹ ਡਿਪੈਂਡ ਕਰਦਾ ਹੁੰਦਾ। ਹੁਣ ਕਈ ਬਾਲੀਵੁੱਡ ਦੀਆਂ ਫਿਲਮਾਂ ਇਹੋ ਜਿਹੀਆਂ ਵੀ ਹੈ ਜਿਨ੍ਹਾਂ ਦਾ ਬਜਟ ਹੈ ਮਾਤਰ 5 ਕਰੋੜ ਪਰ ਉਹਨਾਂ ਦੀ ਕੁਆਲਿਟੀ ਟੂ ਦਾ ਪੁਆਇੰਟ, ਠੀਕ ਹੈ। ਆਪਾਂ ਕ੍ਰਿਟੀਸਾਈਜ਼ ਪੂਰੇ ਬਾਲੀਵੁੱਡ ਨੂੰ ਨਹੀਂ ਕਰਦੇ ਹੁੰਦੇ, ਆਪਾਂ ਉਹਨਾਂ ਦੇ ਪ੍ਰੋਜੈਕਟ ਨੂੰ ਕਰਦੇ ਹੁੰਦੇ ਹਾਂ, ਠੀਕ ਹੈ। ਬਾਕੀ ਬਾਲੀਵੁੱਡ ਦੇ ਵਾਹਿਗੁਰੂ ਦੀ ਕਿਰਪਾ ਨਾਲ ਅੱਜ ਕੱਲ੍ਹ ਸਾਰੇ ਪ੍ਰੋਜੈਕਟ ਹੀ ਉੱਦਾਂ ਦੇ ਆਉਣ ਡੇ ਆ, ਕਾਪੀ ਸ਼ੋਪੀ ਉਹ ਚੱਲਣ ਡਿਆ, ਪਰ ਉਹ ਇਕੱਲੇ ਬੋਂਬੇ ਦਾ ਹੈ ਬਾਲੀਵੁੱਡ, ਪੂਰੇ ਇੰਡੀਆ ਦਾ ਨਹੀਂਗਾ। ਸਾਡਾ ਰੀਜਨਲ ਸਿਨੇਮਾ ਇੰਡੀਆ ਦਾ ਬਹੁਤ ਜ਼ਬਰਦਸਤ ਹੈ, ਪੰਜਾਬੀ ਸਿਨੇਮਾ ਬਹੁਤ ਘੈਂਟ ਹੈ, ਤਾਮਿਲ ਤੇਲਗੂ ਸਿਨੇਮਾ ਬਹੁਤ ਘੈਂਟ ਹੈ, ਠੀਕ ਹੈ। ਤੁਸੀਂ UP ਦਾ ਸਿਨੇਮਾ ਦੇਖੋ ਬਾਈ, ਉਹ ਵੀ ਬਹੁਤ ਘੈਂਟ ਆ, ਭੋਜਪੁਰੀ ਬਹੁਤ ਘੈਂਟ ਆ, ਹੋਰ ਦੱਸੋ। ਅਤੇ ਉਹ ਇਕੱਲੇ ਬਾਲੀਵੁੱਡ ਦੀ ਗੱਲ ਕਰ ਰਹੇ ਹਾਂ ਆਪਾਂ ਬੋਂਬੇ ਦੀ, ਠੀਕ ਹੈ, ਇਹ ਗੱਲ ਧਿਆਨ 'ਚ ਰੱਖਿਆ ਕਰੋ। ਅਤੇ ਦੂਜੀ ਗੱਲ ਜਿਹੜੀ ਅੱਜ ਦੀ ਆਪਾਂ ਇਹ ਟ੍ਰੇਲਰ ਦੇਖਣਾ ਉਹ ਜ਼ਬਰਦਸਤ ਹੋਏਗਾ, ਸੋ ਵਿਦਾਊਟ ਵੇਸਟਿੰਗ ਦ ਟਾਈਮ ਲੈਟਸ ਸਟਾਰਟ ਦ ਵੀਡੀਓ। ਮੇਕ ਸ਼ੋਰ ਯੂ ਹਿੱਟ ਦੈਟ ਸਬਸਕ੍ਰਾਈਬ ਬਟਨ, ਕਿਉਂਕਿ ਸਬਸਕ੍ਰਾਈਬ 'ਤੇ ਪ੍ਰੈਸ ਕਰੋਗੇ ਤਾਂ ਮੈਨੂੰ ਖੁਸ਼ੀ ਮਿਲਣੀ ਹੈ। ਤੁਸੀਂ ਕਰਕੇ ਦੇਖੋ, ਤੁਸੀਂ ਸਬਸਕ੍ਰਾਈਬ ਕਰੋਗੇ ਤੁਸੀਂ ਮੈਨੂੰ ਹੱਸਦਾ ਹੋਇਆ ਦੇਖੋਗੇ। ਥੈਂਕ ਯੂ ਸੋ ਮਚ। ਅੱਜ ਜਿਨ੍ਹਾਂ ਨੇ ਨਹੀਂ ਕੀਤਾ ਤੁਸੀਂ ਫ੍ਰੀ 'ਚ ਮੇਰਾ ਹਾਸਾ ਸੁਣ ਲਿਆ, ਪਰ ਸਬਸਕ੍ਰਾਈਬ ਕਰੋ, ਮੈਂ ਹੱਸਦਾ ਦੇਖੋਗੇ ਮੈਨੂੰ। ਸੋ ਚਲੋ ਵੀਡੀਓ ਦੇਖਦੇ ਹਾਂ ਬਿਨਾਂ ਕਿਸੇ ਦੇਰ ਤੋਂ। ਹਮਜ਼ਾ ਲਿਆ ਬਾਸੀ, ਇਹ ਲੁੱਕ ਮੈਨੂੰ ਬਹੁਤ ਪਸੰਦ ਸੀ। ਓਕੇ, ਕੋਏ ਕਾਫ, ਹਮਜ਼ਾ ਅਲੀ ਅਬਾਸੀ। ਇੱਕ ਬੱਚਾ ਕਹਿੰਦਾ ਕਿ ਮੈਂ ਤੁਹਾਨੂੰ ਮੈਜੀਕਲ ਵਰਲਡ ਦੀ ਇੱਕ ਸਟੋਰੀ ਸੁਣਾਉਣਾ, ਕੋਏ ਕਾਫ। ਆਈ ਥਿੰਕ ਇਹ ਕਿਤੇ ਕੋਈ ਇਸਲਾਮ ਨਾਲ ਰਿਲੇਟਡ ਫਿਲਮ ਤਾਂ ਨਹੀਂ ਹੈ? ਕੱਲ ਤੱਕ ਮੈਂ ਇੱਕ ਪ੍ਰੋਫੈਸਰ ਸੀ।
मैं जो कुछ जानता था साइंस से साबित कर सकता था। ओके। दुनिया में जिनों भूतों की कहानियां सुनने नहीं आते, तुम लोगों को बिला वजह का शौक है खौफ में रहने का। It's just a stupid fear of the unknown. मुझे पता था मैं जिंदगी से क्या चाहता हूँ, लेकिन अचानक You really don't know who you are. देखो जो लोग तुम्हारे पीछे आ रहे थे, they were possessed. तुम्हारा पीछा नहीं छोड़ेंगे, लेकिन हम तुम्हें प्रोटेक्ट कर सकते हैं। Yeah, Ghostbusters. आदमी है जो अगले चांदरेन पे एक ताकतवर फ्रीक को हाजिर करना चाहता है। एक-एक अय्यार का बंदोबस्त किया है। और अगर उसे कोई रोक सकता है, तो तुम हो। वो लोग जिनों की ताकत से लड़ते हैं अमर। अगर तुम मुझसे नहीं लड़ सकते, तो उनसे क्या लड़ोगे? तुम कोई okay. आम अय्यार नहीं हो अमर। तुम्हें वाकई मुझ पे इतना भरोसा है? मैंने आज तक किसी को इतनी तेजी से सीखते नहीं देखा। इस इलाके में लक्का की हुकूमत चलेगी। ओके 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 ओके, थोड़ा सा पॉज लेने हैं, थोड़ा समझते हैं इस चीज में। उन्हें क्या अय्यार मतलब, तू कोई आम अय्यार नहीं है। अय्यार का मतलब इतने की है, पहले तो मैं वो समझाओ कोई जाना, मतलब कोई ये डेजिग्नेशन है कोई, जिमें आप हॉलीवुड दी फिल्मां देखते हैं ना, एक चीज़ होंगी है जिदा कोई बंदा कराटे सीख रहा या उन्होंने की कहें, जो कोई जूडो सीख रहा है ना, तो उदा अय्यार कोई वो चीज़ है, कहें भी तू आम नहीं है, तू बाकी नालों स्पैशल है। तो एक डीमन है मतलब जिन्हों जिन कहें, इस्लाम में वैसे भी जरा इन्हों चीज़ों बिलीव किया जाता है कि जिन भूत प्रेत चीज़ा होंगे। तो उस तो बाद ਉਹਨੂੰ ਗੋਸਟ ਬਸਟਰ ਵੀ ਹੈਗੇ ਆ, ਮਤਲਬ ਕੁਝ ਜਿਹੜੇ ਜਿੰਨਾ ਭੂਤਾਂ ਨੂੰ ਫੜਦੇ ਆ ਉਹ ਵੀ ਹੈਗੇ ਆ, ਅਤੇ ਦੂਜਾ ਜਿਹੜਾ ਮੇਨ ਹੀਰੋ ਹੈ ਇਹ ਸ਼ਾਇਦ ਉਹਨਾਂ ਤੋਂ ਸਿੱਖੂਗਾ, ਅਤੇ ਫਿਰ ਇਹ ਉਸ ਡੈਮਨ ਨਾਲ ਮੁਕਾਬਲਾ ਕਰੂਗਾ। ਪਰ ਬਈ ਵੀ ਐਫ ਐਕਸ ਬਹੁਤ ਜ਼ਬਰਦਸਤ ਹੈ, ਵੀ ਐਫ ਐਕਸ ਦੀ ਕੁਆਲਿਟੀ ਚੈੱਕ ਕਰ ਰਹੇ ਹੋ ਤੁਸੀਂ, ਬਹੁਤ ਜ਼ਬਰਦਸਤ ਏ ਵਨ ਰਿਪੋਰਟ ਆ ਪੂਰੀ ਪਾਕਿਸਤਾਨ ਦੇ ਵਿੱਚ। ਬਈ ਇਹ ਮੈਂ ਪਹਿਲੀ ਕੋਈ ਚੀਜ਼ ਇੱਦਾਂ ਦੀ ਦੇਖ ਰਿਹਾ ਓਨੈਸਟਲੀ ਸੇਇੰਗ, ਲੇਕਿਨ ਹਜੇ ਤੱਕ ਪਾਕਿਸਤਾਨ 'ਚ ਇਸ ਲੈਵਲ ਦੀ ਕੋਈ ਚੀਜ਼ ਨਹੀਂ ਬਣੀ ਸੀ ਵੀ ਐਫ ਐਕਸ ਵਿੱਚ, ਵੀ ਐਫ ਐਕਸ ਨੂੰ ਲੈ ਕੇ ਏ ਵਨ। तुम्हारी रगों में उम्रो यार का खून दौड़ रहा है। ओके। ओह, यू आर सीरियस? को बचाएंगे और हम लक्का को रोकेंगे। मेरा साथ दोगे? इंप्रेसिव। तैयार हो? तैयार हो? लक्का की ताकत बढ़ती चली जा रही है। कितना फर्क है उम्र यार और अमर में? लोगे तो जान लोगे। ओके, दिस विल बी इंटरेस्टिंग कि हमजा अली दा बासी भाजी दा की किरदार होएगा। कोई ये मतलब सिर्फ एक की कहंदे हुंदे आ उहनू, गेस्ट अपीयरेंस है या मतलब की है? हर दुश्मन से कह दो हम आ रहे हैं, हम रोक के दिखा। ओ दिस वन कैट उम्रो आयार, a new beginning. पापा आप ही सुपीर हो। This is our secret.
ਓਕੇ ਦੈਟਸ ਨਾਈਸ ਯਾਰ ਦੈਟਸ ਨਾਈਸ ਐਕਚੁਅਲੀ ਇਹਦੇ 'ਚ ਇਹਨਾਂ ਨੇ ਬਹੁਤ ਸਸਪੈਂਸ ਕ੍ਰੀਏਟ ਕੀਤਾ ਐਂਡ ਸਟੋਰੀ ਬਹੁਤ ਘੈਂਟ ਲੱਗਣ ਡਈ ਹੈ ਵੀ ਐਫ ਐਕਸ ਜ਼ਬਰਦਸਤ ਹੈ ਵਾਕਈ ਇਹ ਸੈਕਿੰਡ ਬਿਗੈਸਟ ਪਾਕਿਸਤਾਨੀ ਫਿਲਮ ਹੋਣ ਵਾਲੀ ਹੈ ਅਤੇ ਆਈ ਥਿੰਕ ਜੇਕਰ ਕਿਤੇ ਇੰਡੀਆ 'ਚ ਤੁਸੀਂ ਫਿਲਮਾਂ ਬਈ ਲਵਾ ਦਿਉ ਨਾ ਆਪਣੀਆਂ ਕੋਈ ਸੈਟਿੰਗ ਕੋਈ ਹਿਸਾਬ ਕਿਤਾਬ ਬਿਠਾ ਕੇ ਗੱਲ ਕਰੋ ਮਿਸਟਰ ਸ਼ਾਹਬਾਜ਼ ਸ਼ਰੀਫ ਨਾਲ ਅਤੇ ਇੱਧਰੋਂ ਸਾਡੇ ਮੋਦੀ ਸਾਹਿਬ ਨਾਲ ਅਤੇ ਮਤਲਬ ਇਹੋ ਜਿਹੀਆਂ ਚੀਜ਼ਾਂ ਹੋ ਜਾਣ ਤਾਂ ਆਈ ਥਿੰਕ ਕਮਾਲ ਕਿਉਂਕਿ ਇੰਡੀਅਨ ਲੋਕ ਇੱਦਾਂ ਦੀਆਂ ਫਿਲਮਾਂ ਜੇਕਰ ਤੁਸੀਂ ਬਣਾਓਗੇ ਨਾ ਤਾਂ ਸਾਡੀ ਇੰਡੀਅਨ ਆਡੀਅੰਸ ਬਹੁਤ ਦੇਖੇਗੀ ਇਹ ਫਿਲਮਾਂ ਲਿਟਰਲੀ ਬਹੁਤ ਜ਼ਿਆਦਾ ਦੇਖੇਗੀ ਤੁਸੀਂ ਲੀਜੈਂਡ ਆਫ ਮੌਲਾ ਜੱਟ ਦੇਖ ਲਓ ਪਤਾ ਨਹੀਂ ਕਿੰਨੇ ਮਹੀਨੇ ਥੀਏਟਰਾਂ 'ਚ ਲੱਗੀ ਰਹੀ ਹੈ ਅਤੇ ਪੂਰੇ ਵਰਲਡ ਵਾਈਡ ਕਿੰਨੇ ਜਿੰਨੇ ਵੀ ਇੰਡੀਅਨਸ ਰਹਿੰਦੇ ਸੀ ਬਾਹਰ ਸਭ ਨੇ ਉਹ ਫਿਲਮ ਦੇਖੀ ਹੈ ਸੋ ਜੇਕਰ ਇਹ ਹੁਣ ਇੱਥੇ ਕੁਛ ਲਿਖਿਆ ਤਾਂ ਨਹੀਂ ਗਾ ਵੀ ਕਿੱਥੇ ਕਿੱਥੇ ਰਿਲੀਜ਼ ਹੋ ਰਹੀ ਹੈ ਪਰ ਹਾਂ ਤੁਸੀਂ ਇਹਨੂੰ ਪੂਰੇ ਵਰਲਡ ਵਿੱਚ ਵਰਲਡ ਵਾਈਡ ਰਿਲੀਜ਼ ਕਰੋ ਆਈ ਥਿੰਕ ਬਹੁਤ ਐਪਰੀਸ਼ੀਏਟੇਬਲ ਹੈ ਕਿਉਂਕਿ ਦੇਖੋ ਕੰਪੀਟੀਸ਼ਨ ਬਹੁਤ ਹੈ ਵੀ ਇਹਨਾਂ ਚੀਜ਼ਾਂ 'ਚ ਵੀ ਸਾਡੇ ਇੱਧਰ ਇੱਕ ਫਿਲਮ ਆ ਰਹੀ ਹੈ ਸਾਊਥ ਦੀ ਕੋਈ ਫਿਲਮ ਆ ਰਹੀ ਹੈ ਕਿਹੜੀ ਸੀ ਯਾਰ ਮੈਂ ਨਾਮ ਭੁੱਲ ਗਿਆ ਇੱਕਦਮ ਮੈਂ ਭੁੱਲਦਾ ਬਹੁਤ ਜਲਦੀ ਹਾਂ ਅਤੇ ਉਹ ਬਈ ਘੱਟੋ ਘੱਟ 40-45 ਲੈਂਗੁਏਜ ਦੇ ਵਿੱਚ ਉਹ ਡਬ ਕੀਤੀ ਜਾ ਰਹੀ ਹੈ ਅਤੇ 40-45 ਲੈਂਗੁਏਜ ਵਿੱਚ ਉਹ ਪੂਰੇ ਵਰਲਡ ਵਾਈਡ ਲੱਗਣੀ ਹੈ ਠੀਕ ਹੈ ਦੇਖੋ ਲੈਵਲ ਚੈੱਕ ਕਰੋ ਕਿ ਕਿੱਡਾ ਲੈਵਲ ਐਂਟਰਟੇਨਮੈਂਟ ਇੰਡਸਟਰੀ ਕਿੱਥੇ ਗਰੋ ਕਰ ਰਹੀ ਹੈ ਸੋ ਬਹੁਤ ਸਹੀ ਟਾਈਮ 'ਚ ਪਾਕਿਸਤਾਨ 'ਚ ਫਿਲਮਾਂ ਬਣਨ ਲੱਗ ਗਿਆ ਮੈਂ ਹਮੇਸ਼ਾ ਕਹਿੰਦਾ ਹੁੰਦਾ ਸੀਗਾ ਕਿ ਪਾਕਿਸਤਾਨ ਦੀ ਡਰਾਮਾ ਇੰਡਸਟਰੀ A1 ਆ ਲੇਕਿਨ ਫਿਲਮ ਇੰਡਸਟਰੀ ਬਹੁਤ ਪਿੱਛੇ ਹੈ ਪਰ ਇੱਦਾਂ ਦੀਆਂ ਫਿਲਮਾਂ ਆਉਣਗੀਆਂ ਇੱਦਾਂ ਦੇ ਪ੍ਰੋਜੈਕਟ ਦਿਖਣਗੇ ਤਾਂ ਬਈ ਬਹੁਤ ਵਧੀਆ ਗੱਲ ਹੈ ਇਹ ਕਾਬਲੇ ਤਾਰੀਫ ਹੈ ਐਂਡ ਦਿਸ ਇਜ਼ ਨੋਟ ਅ ਸਪੋਂਸਰਡ ਵੀਡੀਓ ਠੀਕ ਹੈ ਇਹ ਮੈਂ ਖੁਦ ਬਣਾ ਰਿਹਾ ਖੁਦ ਆਪਣਾ ਰਿਐਕਸ਼ਨ ਦੇ ਰਿਹਾ ਇਸ ਵੀਡੀਓ 'ਤੇ ਮੈਨੂੰ ਇਹਨਾਂ ਨੇ ਨਹੀਂ ਕਿਹਾ ਕਿ ਸਾਡੀ ਵੀਡੀਓ 'ਤੇ ਰਿਐਕਸ਼ਨ ਕਰੋ ਅਤੇ ਜੋ ਵੀ ਦਿਓ ਹੈ ਨਾ ਮੈਂ ਇਹ ਕੋਈ ਸਪੋਂਸਰਡ ਵੀਡੀਓ ਨਹੀਂ ਹੈ ਲੇਕਿਨ ਜਿੰਨੀਆਂ ਵੀ ਮੈਂ ਗੱਲਾਂ ਬਾਤਾਂ ਕਰ ਰਿਹਾ ਵੀ ਸਿਰਫ ਇਹ ਟ੍ਰੇਲਰ ਨੂੰ ਵੇਖ ਕੇ ਕਰ ਰਿਹਾ ਠੀਕ ਹੈ ਮੈਨੂੰ ਕਿਸੇ ਨੇ ਕਿਹਾ ਨਹੀਂ ਗਾ ਕਿ ਹਾਂ ਸਾਡੀ ਫਿਲਮ ਨੂੰ ਵਧੀਆ ਕਹੋ ਜਾਂ ਉਹ ਕਹੋ ਸੋ VFX ਬਹੁਤ ਜ਼ਬਰਦਸਤ ਹੈ ਸਟੋਰੀ ਦੇਖੋ ਇਟਸ ਕਾਇੰਡ ਆਫ ਨਾ ਕਿਉਂਕਿ ਹੋਲੀਵੁੱਡ ਦੀਆਂ ਆਪਾਂ ਆਲਰੇਡੀ ਬਹੁਤ ਇੱਦਾਂ ਦੀਆਂ ਫਿਲਮਾਂ ਦੇਖੀਆਂ ਕਿ ਜਿਹਦੇ 'ਚ ਇੱਕ ਬੰਦਾ ਹੁੰਦਾ ਉਹਦੀ ਉਹਨੂੰ ਪਤਾ ਨਹੀਂ ਹੁੰਦਾ ਕਿ ਉਹਦੇ 'ਚ ਸੁਪਰ ਪਾਵਰਸ ਹੈ ਐਂਡ ਹੌਲੀ ਹੌਲੀ ਉਹਦੇ 'ਚ ਕੋਈ ਬੰਦਾ ਆਉਂਦਾ ਉਹਨੂੰ ਦੱਸਦਾ ਅਤੇ ਉਹਦੇ 'ਚ ਸੁਪਰ ਪਾਵਰ ਸਭ ਦੇ ਸਾਹਮਣੇ ਆ ਜਾਂਦੀਆਂ ਸਟੋਰੀ ਕਾਇੰਡ ਆਫ ਉੱਦਾਂ ਦੀ ਹੋਈ ਹੈ ਮਤਲਬ ਟ੍ਰੇਲਰ 'ਚ ਦੇਖਣ ਦੇ ਅਕੋਰਡਿੰਗ ਪਰ ਜਦੋਂ ਫਿਲਮ ਆਏਗੀ ਦੇਖਾਂਗੇ ਕਿ ਇਹਦੇ 'ਚ ਵੱਖਰਾ ਕੀ ਹੋਊਗਾ ਪਰ ਕਿਉਂਕਿ ਇਹ ਪਾਕਿਸਤਾਨੀ ਫਿਲਮ ਹੈ ਤਾਂ ਉਸਦੇ ਅਕੋਰਡਿੰਗ ਬਾਈ ਸੁਪਰ ਲੈਵਲ ਹੈ ਜ਼ਬਰਦਸਤ ਸਟੋਰੀ ਹੈ ਠੀਕ ਹੈ ਉਮਰੋ ਅਯਾਰ ਦੇ ਨਾਲ ਰਿਲੇਟਡ ਇਹ ਵੀਡੀਓ ਹੈ ਸੋਰੀ ਫਿਲਮ ਹੈ ਅਤੇ ਉਹ ਸਾਰਾ ਇਹ ਕਿੱਦਾਂ ਉਸ ਕੰਸੈਪਟ ਨੂੰ ਆਪਣੇ ਸਾਹਮਣੇ ਲਿੰਕ ਕਰਕੇ ਆਪਾਂ ਨੂੰ ਦਿਖਾਉਂਦੇ ਆ ਉਹ ਦੇਖਣਾ ਇੰਟਰਸਟਿੰਗ ਹੋਊਗਾ ਸੋ ਬਾਕੀ ਤੁਹਾਨੂੰ ਕਿੱਦਾਂ ਲੱਗਿਆ ਟ੍ਰੇਲਰ ਮੈਨੂੰ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ ਐਂਡ ਮੇਰਾ ਰਿਐਕਸ਼ਨ ਕਿੱਦਾਂ ਲੱਗਾ ਮੈਂ ਕੋਈ ਜ਼ਿਆਦਾ ਟੈਕਨੀਕਲ ਡੈਪਥ ਵੱਲ ਨਹੀਂ ਜਾ ਰਿਹਾ ਠੀਕ ਹੈ ਮਿਊਜ਼ਿਕ ਵੀ ਬਹੁਤ ਜ਼ਬਰਦਸਤ ਹੈ ਮਤਲਬ ਮੈਨੂੰ ਲੱਗ ਰਿਹਾ ਕਿ ਇਹ ਫਿਲਮ ਜਿਹੜੀ ਤੁਹਾਡੀ ਬਹੁਤ ਚੰਗੀ ਗਰੋ ਕਰੇਗੀ ਐਂਡ ਬੋਕਸ ਆਫਿਸ 'ਤੇ ਵੀ ਤੁਮਾ ਪਾ ਸਕਦੀ ਹੈ ਫਿਲਮ ਬਾਕੀ ਜੇਕਰ ਇੰਡੀਆ 'ਚ ਰਿਲੀਜ਼ ਕਰ ਦਿਓ ਫਿਰ ਤਾਂ ਵੀ ਪੌਂ ਮਾਰੀਆਂ ਸੋ ਇਹ ਸੀ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ ਜਾਂ ਤੋਂ ਪਹਿਲਾਂ ਚੈਨਲ ਸਬਸਕ੍ਰਾਈਬ ਪੱਕਾ ਕਰਿਓ ਸਤਿ ਸ਼੍ਰੀ ਅਕਾਲ ਅਲਾ ਫਿਰ ਮੈਂ ਚੈਨਲ ਕੋ ਸਬਸਕ੍ਰਾਈਬ ਕਰ ਸਰਕਾਰ ਜ਼ਰੂਰ ਕਰ ਨਾ ਬੋਲ